ਬੈਠੇ ਹਾਂ ਅਤੇ 31 ਜਨਵਰੀ 2021 ਨੂੰ ਜਿਹੜੀ ਸੈਂਟਰ ਦੀ ਸਰਕਾਰ ਆ ਮੋਦੀ ਸਰਕਾਰ ਅਤੇ ਅਹਿਮ ਸ਼ਾਹ ਜਿਹੜਾ ਗ੍ਰਹਿ ਮੰਤਰੀ ਦੇਸ਼ ਦਾ ਉਹਨੇ ਆ ਉਹਦੇ ਨਾਲ ਜਿਹੜਾ ਉਹਦੇ ਲੜਕਾ ਉਹਦਾ ਨਾਲ ਆ ਅਤੇ ਨਾਲ ਉਹ ਜਿਹੜੇ ਵੱਡੀ ਗਿਣਤੀ ਦੇ ਵਿੱਚ ਗੁੰਡੇ ਲਿਆਏ ਆ ਅਤੇ ਨਾਲ ਪੁਲਿਸ ਦੇ ਉਹਨਾਂ ਨੇ ਨਾਲ ਜਿਹੜਾ ਲਿਆਂਦੀ ਪੁਲਿਸ ਲਿਆਂਦੀ ਆ ਉਹਦੇ ਦੇ ਆਣ ਕੇ ਉਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਪੱਥਰ ਮਾਰੇ ਆ ਕਿਸਾਨ ਜਿਹੜੇ ਆ ਉਹ ਫੱਟੜ ਹੋਏ ਆ ਅਤੇ ਉਹਦੇ ਨਾਲ ਉਹਨਾਂ ਨੇ ਜਿਹੜੇ ਅਥਰੂ ਗੈਸ ਸੁੱਟੇ ਆ ਪੈਟਰੋਲ ਬੰਬ ਸੁੱਟੇ ਆ ਉਹਦੀ ਅਸੀਂ ਨਿਖੇਧੀ ਕਰਦੇ ਹਾਂ ਉਹਦਾ ਕਾਰਨ ਕਰਕੇ ਅੱਜ ਅਸੀਂ ਫੁੱਲਾ ਫੁੱਕਿਆ ਵਾ ਉਹਦੇ 'ਚ ਜਿਹੜਾ ਪ੍ਰਦੀਪ ਖੱਤਰੀ ਆ ਅਤੇ ਅਮਨ ਤਫਾਸ ਦੋਵੇਂ ਜਿਹੜੇ ਗੁੰਡੇ ਆ ਉਹਨਾਂ ਨੂੰ ਸਾਡੀ ਮੰਗ ਆ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਰਚਾ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰਚਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੋਨ ਸਕੱਤਰ ਬਲਜਿੰਦਰ ਸਿੰਘ ਸਿਰੋਂ ਮੈਂ ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਮੇਨ ਸੰਬੰਧੀ ਕਿ ਜਿਹੜਾ 29 ਜਨਵਰੀ 2021 ਨੂੰ ਮੋਦੀ ਸਰਕਾਰ ਦੇ ਅਹਿਮਦ ਸ਼ਾਹ ਵੱਲੋਂ ਉੱਥੇ ਸਾਡੇ ਕੈਂਪ 'ਤੇ ਹਮਲਾ ਕਰਾਇਆ ਗਿਆ ਜਿਹਦੇ ਵਿੱਚ ਉੱਥੇ ਇੱਕ ਪ੍ਰਦੀਪ ਖੱਤਰੀ ਨਾਂ ਦਾ ਇੱਕ ਲੜਕਾ ਜਿਹਦੀਆਂ ਗ੍ਰਹਿ ਮੰਤਰੀ ਦੇ ਨਾਲ ਫੋਟੋਆਂ ਇੱਕ ਅਮਨ ਡਫਾਸ ਜਿਹੜੇ ਕਿ ਲਗਾਤਾਰ ਭਾਜਪਾ ਦੇ ਨਾਲ RSS ਦੇ ਗੁੰਡੇ ਨਾਲ ਕੇ ਪੁਲਿਸ ਨਾਲ ਕੇ ਇਸ ਕਿਸਾਨਾਂ 'ਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੇ ਅਨੇਕਾਂ ਕਿਸਾਨ ਉੱਥੇ ਜ਼ਖਮੀ ਹੋਏ ਮਾਵਾਂ ਭੈਣਾਂ 'ਤੇ ਟੈਂਟ ਸਾੜੇ ਗਏ ਪੈਟਰੋਲ ਬੰਬ ਸੁੱਟੇ ਗਏ ਪਰ ਅੱਜ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਵੀ ਉਹਦੇ ਵਾਸਤੇ ਕੋਈ ਪੰਜਾਬ 'ਚ FRI ਨਹੀਂ ਕੀਤੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਸੀਂ ਮੰਗ ਕਰਦੇ ਹਾਂ ਇੱਕ ਸਾਲ ਹੋ ਗਿਆ ਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਅਸੀਂ ਮੰਗ ਰੱਖਦੇ ਹਾਂ ਜਿਹੜਾ ਪੁਤਲਾ ਫੂਕਿਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।